ਪਾਪਾ ਜੀ ਠੀਕ ਜੇ ਮਾਤਾ ਜੀ ਅਜੇ ਲੇਟ ਤੁਸੀਂ ਜੇ ਕੀ ਗੱਲ ਹੈ ਕੁਝ ਨਾ ਕਰੋ ਮਾਤਾ ਜੀ ਦੇ ਬੈੱਡ ਤੇ ਬੈਠ ਕੇ 10 ਮਿੰਟ ਲਤਾਂ ਹੀ ਦਬਾ ਦਿਓ ਜਿਹੜੀ ਉਹਦੇ ਅੰਦਰੋਂ ਅਸੀਸ ਨਿਕਲਣੀ ਹੈ ਨਾ ਦੁਨੀਆ ਤੇ ਕੋਈ ਬ੍ਰਹਮ ਗਿਆਨੀ ਨਹੀਂ ਹੈਗਾ ਹੋਰ ਜਿਹੜੇ ਮਾਂ ਦਾ ਮੁਕਾਬਲਾ ਕਰ ਸਕੇ ਪਰ ਪਖੰਡੀਆਂ ਬਾਬਿਆਂ ਮਗਰ ਤੇਲ ਦੀਆਂ ਸੀਸੀਆਂ ਲੈ ਕੇ ਤੁਰੇ ਫਿਰਦੇ ਆ ਵੀ ਬਾਬਾ ਜੀ ਦੀ ਮਾਲਸ਼ ਕਰਨੀਆਂ ਬਾਬਾ ਜੀ ਨੂੰ ਪੱਖੀ ਚੱਲੇ ਏਸੀ ਰੂਮ 'ਚ ਵੀ ਪੱਖੀਆਂ ਚੱਲੀ ਜਾਂਦੇ ਉੱਥੇ ਮੈਂ ਕਹਤਾ ਅਤਨਾ ਦਨਾ ਚ ਇਨੇ ਪਖੰਡੀ ਬਾਬਿਆਂ ਦੇ ਸੇਵਕਾਂ ਦੇ ਫੋਨ ਆਏ ਇਦਾਂ ਭੁਗਤਦੇ ਉਹਨਾਂ ਦੇ ਹੱਕ ਵਿੱਚ ਰਹਿ ਰੱਬ ਦਾ ਨਾਮ ਇਹ ਤੋਂ ਪਤਾ ਲੱਗਦਾ ਕਿ ਕਿਦਾਂ ਅਗਲਿਆਂ ਨੇ ਸੁਸਰੀ ਵਾਂਗ ਉਹਨਾਂ ਨੂੰ ਸਵਾਇਆ ਹੋਇਆ ਉਹ ਨਹੀਂ ਚਾਹੁੰਦੇ ਦਿਮਾਗ ਆਪਣਾ ਵਰਤਨ ਪਰ ਵਰਤੋ ਦਿਮਾਗ ਆਪਣਾ ਕਿਸੇ ਦੇ ਮੋਤਾਜ ਨਾ ਹੋ ਅਸਤੇ ਤੇ 3 ਫੁੱਟ ਉੱਚਾ ਬੈਠਣਾ ਸਿਰਫ ਵਿਚਾਰਾਂ ਕਰ ਲਈ ਉਹ ਤੋਂ ਬਾਅਦ ਅਸੀਂ ਤੁਹਾਡੇ ਵਰ ਗਏ ਆ ਆਪਾਂ ਇਕੱਠੇ ਪੈਣ ਭਰਾਵਾ ਗੁਰਮਤਿ ਦੀਆਂ ਗੱਲਾਂ ਕਰਦੇ ਆ ਬੈਠ ਕੇ ਇਕੱਠੇ ਪ੍ਰਸ਼ਾਦਾ ਰਾਗ ਛਕਿਆ ਸੀ ਆਪਾਂ ਇਦਾਂ ਇਹ ਐ ਅਸਲੀ ਗੱਲ ਬਾਬਾ ਜੀ ਵਾਸਤੇ ਦਲੀਆ ਬਣਾਓ ਜੀ ਬਾਬਾ ਜੀ ਆਹ ਦਾਲ ਨਹੀਂ ਖਾਂਦੇ ਬਾਬਾ ਜੀ ਆ ਚੌਲ ਨਹੀਂ ਖਾਂਦੇ ਜੇਕਰ ਤੇ ਇਹ ਕੰਮ ਗੁਰੂ ਨਾਨਕ ਸਾਹਿਬ ਵੇਲੇ ਹੁੰਦੇ ਪ੍ਰਚਾਰ ਕਰ ਲੈਂਦੇ ਭਲਾ ਬੋਲੋ ਭਾਈ ਉਹ ਤਾਂ ਜਿੱਦਾਂ ਦਾ ਮਿਲਿਆ ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰ ਕਰੀ ਵਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸੋਂ ਬਣਿਆਈ ਬਾਬਾ ਪੈਦਾ ਸੱਚਖੰਡ ਨੌਨਿਦ ਨਾਮ ਗਰੀਬੀ ਪਾਈ ਪਰ ਅਸੀਂ ਕਿਥੇ ਤੁਰ ਪਏ ਫੇ ਕਈ ਮਾਰ ਨਾ ਕਰਨ ਸਾਡੇ ਕਰ ਬਾਬਾ ਜੀ ਆਉਂਦੇ ਆ ਆਪੇ ਤਿਆਰ ਕਰਦੇ ਪ੍ਰਸ਼ਾਦ ਦੇ ਸੇਵਕ ਉਹਨਾਂ ਦੇ ਸਾਨੂੰ ਤੇ ਰਸੋਈ ਚੋਂ ਬਾਹਰ ਹੀ ਕੱਢ ਦਿੰਦੇ ਕਿਚਨ ਚੋਂ ਵੀ ਹੱਦ ਹੋ ਗਈ ਕਮਾਲ ਦੀ ਗੱਲ ਹੈ ਇਹ ਚ ਵੜਿਆਈ ਵਾਲੀ ਕਿਹੜੀ ਗੱਲ ਹੈ ਤੁਹਾਨੂੰ ਸ਼ਰੂਲ ਕਾਸ ਸਮਝਿਆ ਗਲੇ ਸਾਨੂੰ ਦਲਤ ਸਮਝਦੇ ਆ ਵੀ ਇਹਨਾਂ ਦੇ ਹੱਥ ਲੱਗਣ ਨਾਲ ਸਾਡਾ ਖਾਣਾ ਪਵਿੱਤਰ ਹੋ ਜਾਣਾ ਹੈ ਇਸ ਕਰਕੇ ਸਾਡੇ ਸੇਵਕ ਭੋਜਨ ਤਿਆਰ ਕਰਨਗੇ ਤੋ ਬੋਧ ਦੂਮਣੀ ਕੁਦਇਆ ਕਸੈਣ ਪਰ ਨੰਦਾਕਟ ਚੂੜੀ ਮੁਠੀ ਕਰੋ ਚੰਡਾਲ ਤਾਰੀ ਕੰਢੀ ਕਿਆ ਥੀ ਜੇ ਚਾਰੇ ਬੈਠੀਆਂ ਨਾਲ ਗੁਰੂ ਸਾਹਿਬ ਦੀ ਬਖਸ਼ਿਸ਼ ਕੀਤੀ ਹੈ ਸਾਨੂੰ ਸੋਣਾ ਇਹ ਆ ਆ ਬਹੁਤ ਵੱਡੀਆਂ ਸੰਸਥਾਵਾਂ ਨੇ ਇਦਾਂ ਗੁਰਦੁਆਰੇ ਬੈਠ ਕੇ ਸਮਾਗਮ ਚ ਗੁਰਮਤੀਆਂ ਵਿਚਾਰਾਂ ਸੁਣਨੀਆਂ ਲੰਗਰ ਛਕਣਾ ਇਹ ਇਕ ਬਹੁਤ ਵੱਡੇ ਸਾਡੇ ਸਿੱਖੀ ਸਿਧਾਂਤ ਦੇ ਥੰਮ ਨੇ ਜਿਹੜੇ ਅੱਜ ਮੰਨਫੀ ਹੁੰਦੇ ਜਾ ਰਹੇ ਸਾਡੇ ਵਿੱਚੋਂ ਇਸ ਕਹ ਕੇ ਵਿੱਚ ਦੁਨੀਆ ਸੇਵ ਕਮਾਈਏ ਵਿੱਚ ਦੁਨੀਆ ਦੇ ਵਿੱਚ ਰਹਿ ਕੇ ਚੰਗਾ ਕੰਮ ਕਰੀਏ ਮਾਂ ਬਾਪ ਦਾ ਸਤਿਕਾਰ ਕਰੀਏ ਤਾਂ ਦਰਗਾ ਬੈਸਣ ਪਾਈਏ ਕਿਹੜੀ ਦਰਗਾ ਜੇ ਮਾਲਕ ਇੱਥੇ ਤੇ ਦਰਗਾ ਵੀ ਇੱਥੇ ਉਹਦੀ ਇੱਥੇ ਮੁਖ ਉਜਲੇ ਹੋਣੇ ਜਿਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਭਗਤ ਪੂਰਨ ਸਿੰਘ ਜੀ ਦੇ ਮੁਖ ਇੱਥੇ ਉਜਲੇ ਹੋ ਰਹੇ ਆ ਬਾਬਾ ਫਤਿਹ ਸਿੰਘ ਬਾਬਾ ਜ਼ੋਰਾਵਾਰ ਸਿੰਘ ਇਹਨਾਂ ਦੇ ਮੁਖ ਇੱਥੇ ਉਜਲੇ ਹੋ ਰਹੇ ਆ ਚੰਗੇ ਕੰਮ ਕਰਾਂਗੇ ਮੁਖ ਇੱਥੇ ਉਜਲੇ ਹੋਣਗੇ ਤਾਂ ਦਰਗਾ ਬੈਸਣ ਪਾਈਏ ਕਹੋ ਨਾਨਕ ਬਾਹ ਲੜਾਈਏ ਬੱਚਾ ਫਸਟ ਆਇਆ ਹੋਵੇ ਨਾ ਤੇ ਉਹਦੇ ਚਿਹਰੇ ਤੋਂ ਤੁਹਾਨੂੰ ਦਿਸ ਪੈਂਦਾ ਵੀ ਫਸਟ ਆਇਆ ਬੱਚਾ ਜਦੋਂ ਚੰਗੇ ਕੰਮ ਕਰਾਂਗੇ ਸਾਡੇ ਚਿਹਰੇ ਨੇ ਸਾਡੇ ਵਗਾਸ ਨੂੰ ਦੱਸਣਾ ਵੀ ਕੁਝ ਪ੍ਰਾਪਤ ਕੀਤਾ ਹੋਇਆ ਅੱਜ ਖੁਸ਼ੀ ਖੇੜਾ ਜ਼ਿੰਦਗੀ ਚ ਉਗਵਾਜ ਗਿਆ ਹੱਸੋ ਜਰੂਰ ਇੱਕ ਦਿਨ ਡਾਕਟਰ ਵੀ ਕਹਿੰਦੇ ਤੁਹਾਡੇ ਜੋ ਕੋਈ ਡਾਕਟਰ ਵੀਰ ਬੈਠਾ ਹੋਵੇ ਹਾਸਾ ਬਹੁਤ ਚੰਗਾ ਹੈ ਹੱਸੋਗੇ ਲੀਵਰ ਵਧੀਆ ਰਹੇਗਾ ਸਕਿੰਨ ਵਧੀਆ ਰਹੇਗੀ ਅੱਜ ਹਾਸਾ ਗਵਾ ਚੇ ਅੱਜ ਹਾਸਾ ਤੇ ਆਉਂਦਾ ਹੀ ਨਹੀਂ ਬੰਦੇ ਨੂੰ ਹੱਸਣ ਵਾਸਤੇ ਤੇ ਟੀਵੀ ਚਾਹੀਦਾ ਵੀ ਕੋਈ ਵਿੱਚੋਂ ਕੋਈ ਕਲਿੱਪ ਇਦਾਂ ਦਾ ਆਵੇ ਤੇ ਮੈਂ ਹਾਸਾ ਪਾਵਾਂ ਆ ਸਾਡਾ ਹਾਸਾ ਕਿਸੇ ਦਾ ਮੋਤਾਜ ਨਹੀਂ ਚਾਹੀਦਾ ਸਾਡਾ ਹਾਸਾ ਤੇ ਦਾ ਪਾਪਾ ਜੀ ਨਾਲ ਗੱਲਾਂ ਕਰੋ ਬੇਬੀ ਜੀ ਨਾਲ ਗੱਲਾਂ ਕਰੋ ਨਿਆਣਿਆਂ ਨਾਲ ਗੱਲਾਂ ਕਰੋ ਪਤਨੀ ਨਾਲ ਗੱਲਾਂ ਕਰੋ ਪਤੀ ਨਾਲ ਗੱਲਾਂ ਕਰੋ ਪਰਿਵਾਰ ਚ ਬਹਿ ਕੇ ਹੱਸੋ ਪਰ ਹੱਸੋ ਕਿਸੇ ਦਾ ਸਵਾਰ ਕੇ